ਬਈ ਬਿਲਾਲ ਮੋਹਸਨ ਦੇ ਪਿੰਡ ਔਰ ਉਹਨਾਂ ਦੇ ਵਾਲਿਦ ਸਾਹਿਬ ਜਿਹੜੇ ਕਿ ਬਹੁਤ ਅੱਛੀ ਸ਼ਖਸੀਅਤ ਦੇ ਮਾਲਕ ਹਨ, ਬਹੁਤ ਨਫੀਸ ਇਨਸਾਨ ਹਨ, ਅਸੀਂ ਮਿਲੇ ਹਾਂ ਔਰ ਬੜੀ ਖੁਸ਼ੀ ਹੋਈ ਹੈ ਕਿ ਇਸ ਤਰ੍ਹਾਂ ਦੇ ਵਾਲਦੈਨ ਅੱਲਾਹ ਪਾਕ ਹਰ ਇਨਸਾਨ ਨੂੰ ਦੇਵੇ। ਔਰ ਉਹਨਾਂ ਦੇ ਨਾਲ ਨਾਲ ਉਹਨਾਂ ਦੇ ਵੱਡੇ ਭਾਈ ਸਾਡੇ ਕੋਲ ਮੌਜੂਦ ਹਨ। ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਔਰ ਚੰਦ ਇੱਕ ਗੱਲਾਂ ਬਾਤਾਂ ਕਰਾਂਗੇ। ਔਰ ਅਗਰ ਅੱਜ ਦੀ ਵੀਡੀਓ ਸਾਨੂੰ ਜਿਹੜੇ ਸਾਡੇ ਭਾਈ ਵੇਖ ਰਹੇ ਹਨ ਅਗਰ ਪਸੰਦ ਆਵੇ ਤਾਂ ਸਾਨੂੰ ਆਪਣੀ ਰਾਏ ਜ਼ਰੂਰ ਦਿਆ ਜੇ। ਅਤੇ ਅੰਕਲ ਜੀ ਉਹਨਾਂ ਨਾਲ ਗੱਲਬਾਤ ਕਰਨੇ ਆ ਬਾਬਾ ਨਿਆਮਤ ਅਲੀ ਸਾਹਿਬ, ਅਤੇ ਇਨਸ਼ਾਅੱਲਾ ਮਜ਼ੀਦ ਤੁਸੀਂ ਵੀਡੀਓ ਨਾਲ ਜੁੜੇ ਰਹੋ ਔਰ ਇਨਸ਼ਾਅੱਲਾ ਚੰਦ ਦੇ ਗੱਲਾਂ ਬਾਤ ਐਸੀਆਂ ਤੁਹਾਨੂੰ ਬਾਈ ਬਿਲਾਲ ਦੇ ਬਾਰੇ ਮਿਲਣਗੀਆਂ, ਤੁਸੀਂ ਵਾਕਿਆ ਹੀ ਕਹੋਗੇ ਕਿ ਪਾਕਿਸਤਾਨੀ ਹੀਰੋ ਔਰ ਉਹਨਾਂ ਦੀ ਪਰਵਰਿਸ਼ ਕਿਸ ਤਰ੍ਹਾਂ ਕੀਤੀ। ਉਹਨਾਂ ਦੇ ਵੱਡੇ ਭਾਈ ਵੀ ਹਨ ਸਾਡੇ ਨਾਲ ਮੌਜੂਦ ਔਰ ਉਹਨਾਂ ਦੇ ਵਾਲਿਦ ਸਾਹਿਬ ਜਿਨ੍ਹਾਂ ਦਾ ਬਹੁਤ ਅੱਛਾ ਕਿਰਦਾਰ ਹੈ ਇਹਨਾਂ ਨੂੰ ਇੰਟਰਨੈਸ਼ਨਲ ਪਲੇਅਰ ਬਣਾਉਣ ਵਿੱਚ। ਅਤੇ ਗੱਲਬਾਤ ਕਰਨ ਅੰਕਲ ਜੀ, ਇਹ ਦੱਸਿਆ ਜੇ ਕਿ ਤੁਸੀਂ ਵੀ ਬਿਲਾਲ ਮੋਹਸਨ ਨੂੰ ਇਸ ਚੀਜ਼ ਦਾ ਸ਼ੌਂਕ ਪਿਆ, ਫਿਰ ਵਾਲਦੈਨ ਦਾ ਬੜਾ ਕਿਰਦਾਰ ਹੁੰਦਾ ਹੈ, ਤਾਂ ਤੁਸੀਂ ਇਸ ਸ਼ੌਂਕ ਨੂੰ ਉਹਨੂੰ ਕਿਵੇਂ ਬਰਕਰਾਰ ਰੱਖਿਆ ਜੀ? ਉਹ ਬਸ ਜੀ ਅੱਲਾਹ ਤਾਲਾ ਦੀ ਬੜੀ ਰਹਿਮਤ ਹੈ, ਮੇਰੇ 'ਤੇ ਤਾਂ ਬੜਾ ਆਸਾਨ ਹੈ ਉਹਦਾ, ਸ਼ੁਕਰ ਹੈ ਮਾਲਕ ਦੇ ਜ਼ਾਤ ਦਾ। ਮੈਨੂੰ ਕਬੱਡੀ ਦਾ ਬੜਾ ਸ਼ੌਕ ਸੀ, ਮੈਂ ਮੁਲਾਜ਼ਮਤ ਕਰਦਾ ਸੀ ਉਦੋਂ ਵੀ ਮੇਰੇ ਕੋਲ ਕਬੱਡੀ ਦੀ ਟੀਮ ਸੀ, ਮੁੜ ਕੇ ਫਿਰ ਮੇਰਾ ਬੇਟਾ ਸੀ ਵੱਡਾ ਉਹ ਵੀ ਕਬੱਡੀ ਖੇਡਦਾ ਸੀ, ਉਸ ਤੋਂ ਬਾਅਦ ਫਿਰ ਮੇਰੇ ਛੋਟੇ ਬੇਟੇ ਨੇ ਆਖਿਆ ਵੀ ਭਾਅ ਜੀ ਤੁਸੀਂ ਨਹੀਂ ਖੇਡਣੀ, ਮੈਂ ਹੁਣ ਖੇਡਾਂਗਾ। ਫਿਰ ਉਹ ਖੇਡਣ ਡਿਆ ਪਿਆ, ਅੱਲਾਹ ਤਾਲਾ ਨੇ ਹਰ ਚੀਜ਼ ਉਹਨੂੰ ਦਿੱਤੀ ਆ, ਸ਼ੁਕਰ ਹੈ ਮਾਲਕ ਦੀ ਜ਼ਾਤ ਦਾ। ਮੈਂ ਬੜਾ ਆਸਾਨ ਹੈ ਤਕਰੀਬਨ ਨਵਾਜ਼, ਮੈਂ ਦੁਆ ਮੰਗਦਾ ਵੀ ਜਿੱਤਣ ਨੇ ਮੇਰੇ ਪੋਤੇ ਹਰ ਇੱਕ ਨੂੰ ਰੱਬ ਦੇਵੇ। ਅੱਛਾ ਬਾਬਾ ਜੀ, ਜੇ ਦੱਸਿਆ ਜੇ ਕਿ ਬਿਲਾਲ ਮੋਹਸਨ ਨੇ ਕਿਤਨੀ ਉਮਰ ਵਿੱਚ ਕਬੱਡੀ ਸਟਾਰਟ ਕੀਤੀ ਸੀ? 1515 ਸਾਲਾਂ ਦਾ ਜਦੋਂ ਨਸ਼ਾ ਸਟਾਰਟ ਕੀਤੀ ਆ, ਅਤੇ 17-18 ਸਾਲਾਂ ਦਾ ਜਦੋਂ ਬਾਹਰ ਚਲੇ ਗਿਆ। ਅੱਲਾਹ ਤਾਲਾ ਦੀ ਉੱਤੇ ਬੜੀ ਰਹਿਮਤ ਆ, ਬੜਾ ਹੀ ਸ਼ੁਕਰ ਆ ਉੱਤੇ। ਅੱਛਾ, ਕਿਉਂਕਿ ਵਾਲਦੈਨ ਇਨਸਾਨ ਕੋਈ ਵੀ ਹੈ ਨਾ, ਉਹਦੇ ਪਿੱਛੇ ਉਹਦੇ ਵਾਲਦੈਨ ਦਾ ਬੜਾ ਕਿਰਦਾਰ ਹੁੰਦਾ ਹੈ ਔਰ ਬੜੇ ਕਾਰਨਾਮੇ ਹੁੰਦੇ ਨੇ, ਉਸ ਤੋਂ ਬਾਅਦ ਇੱਕ ਮੰਜ਼ਲ ਮਿਲਦੀ ਹੈ। ਅਤੇ ਵੀ ਬਿਲਾਲ ਦਾ ਕੰਮ ਸੀ ਸਟਰਗਲ ਕਰਨਾ ਔਰ ਛੋਟੀ ਜਿਹੀ ਉਮਰ ਵਿੱਚ ਇਹਨਾਂ ਨੂੰ ਅੱਲਾਹ ਪਾਕ ਨੇ ਇਤਨੀ ਨਵਾਜ਼ ਇੱਜ਼ਤ ਦਿੱਤੀ, ਇੰਟਰਨੈਸ਼ਨਲ ਪਲੇਅਰ ਹੋ ਕੇ ਖੇਡੇ, ਉਸ ਟਾਈਮ ਕਿੱਦਾਂ ਦਾ ਮਹਿਸੂਸ ਹੁੰਦਾ ਸੀ? ਮੈਂ ਤਾਂ ਜੀ ਅੱਲਾਹ ਗਾੜੀ ਉਦੋਂ ਵੀ ਇਹੋ ਹੀ ਦੁਆ ਕਰਦਾ ਵੀ ਯਾ ਮੌਲਾ ਇਹਨੂੰ ਤੰਦਰੁਸਤੀ ਦੇਵੀ, ਤੈਨੂੰ ਤਫੀਕ ਦੇਵੀਂ, ਰੱਬ ਨੇਕੀ ਕਰਨ ਦੀ ਤਫੀਕ ਦੇਵੀਂ, ਬਰਿਆਈ ਤੋਂ ਬਚਾਵੀਂ। ਅਤੇ ਉਸ ਬੱਚੇ ਨੇ ਮੈਨੂੰ ਅੱਜ ਸੀਧਾ ਕੋਈ ਤੰਗੀ ਤਕਲੀਫ ਨਹੀਂ ਦਿੱਤੀ, ਕੋਈ ਦੁੱਖ ਨਹੀਂ ਦਿੱਤਾ, ਅਤੇ ਅੱਲਾਹ ਦਾ ਸ਼ੁਕਰ ਹੈ ਮਾਲਕ ਦਾ। ਆ ਵੱਡਾ ਖੇਡਦਾ ਸੀ, ਇਹਨੇ ਵੀ ਕੋਈ ਮੈਨੂੰ ਪਰੇਸ਼ਾਨੀ ਨਹੀਂ ਦਿੱਤੀ, ਨਿੱਕਾ ਖੇਡਣ ਡਿਆ ਪਿਆ ਉਹਨੇ ਉਸ ਤੋਂ ਬਾਅਦ ਵਿਖਾ ਦਿੱਤਾ। ਅੱਛਾ ਬਾਬਾ ਜੀ, ਇਹ ਦੱਸਿਆ ਜੇ ਕਿ ਜਿਸ ਟਾਈਮ ਛੋਟੀ ਜਿਹੀ ਉਮਰ ਵਿੱਚ 15 ਸਾਲ ਵਿੱਚ ਇਨਸਾਨ ਐਡਾ ਮਚਿਓਰ ਵੀ ਨਹੀਂ ਹੁੰਦਾ, ਹਾਂਜੀ, ਅਤੇ ਲੋਕਾਂ ਦੀ ਕੀ ਵਿਊ ਹੁੰਦੇ ਸੀ ਤੁਹਾਡੇ, ਯਾਨੀ ਕਿ ਛੋਟੀ ਜਿਹੀ ਉਮਰ ਵਿੱਚ ਇਸ ਪਲੇਅਰ ਬਣ ਗਿਆ ਜੀ? ਲੋਕਾਂ ਦੇ ਇਹ ਸੀ ਵੀ ਜੇ ਸਕੂਲੇ ਪੜ੍ਹਦਾ ਸੀ ਨਾ, ਸਕੂਲ ਵਾਲੇ ਵੀ ਇਹ ਗੱਲ ਕਹਿੰਦੇ ਸੀ ਵੀ ਬਿਲਾਲ ਤੂੰ ਕਿਸੇ ਦਿਨ ਉਹ ਇਸ ਸਾਲ ਪਲੇਅਰ ਬਣੇਗਾ, ਲੋਕ ਤੈਨੂੰ ਵੇਖਣਗੇ। ਅਤੇ ਉਹਨਾਂ ਦੀ ਗੱਲ ਜਿਹੜੀ ਆ ਮਾਸਟਰਾਂ ਦੀ ਪੂਰੀ ਹੋ ਗਈ, ਅੱਲਾਹ ਨੇ ਵਿਖਾ ਦਿੱਤਾ ਸਭ ਕੁਛ, ਉਹਦੇ ਨਾਲ ਇੱਥੇ ਆਪ ਆਏ ਮਾਸਟਰ ਆਖਣਗੇ ਬਿਲਾਲ ਤੈਨੂੰ ਅਸੀਂ ਕਹਿੰਦੇ ਸਾਂ, ਤਾਂ ਰੱਬ ਨੇ ਤੈਨੂੰ ਹੀਰੋ ਬਣਾ ਦਿੱਤਾ। ਹਾਂਜੀ ਬਾਬਾ, ਤੁਸੀਂ ਇੱਕ ਗੱਲ ਦੱਸ ਰਹੇ ਹੋ ਕਿ ਤੁਸੀਂ ਸਾਊਦੀ ਅਰਬ ਗਏ, ਉੱਥੇ ਤੁਹਾਨੂੰ ਇੱਕ ਬੰਦਾ ਮਿਲਿਆ, ਉਹਦੇ ਥੋੜ੍ਹੇ ਬਾਰੇ ਦੱਸਿਆ? ਮੈਂ ਹਜ ਕਰਨ ਵਾਸਤੇ ਗਿਆ ਜੀ, ਉੱਥੇ ਮੈਨੂੰ ਇੱਕ ਬੰਦਾ ਮਿਲ ਪਿਆ, ਮੈਨੂੰ ਆਉਂਦਾ ਵੀ ਬਾਬਾ ਜੀ ਕਿੱਥੋਂ ਆਏ ਜੀ? ਮੈਂ ਹੈ ਫੈਸਲਾਬਾਦ ਤੋਂ। ਅਖੇ ਕਿਹੜੇ ਰੋਡ ਤੋਂ? ਮੈਂ ਸਰਗੋਧਾ ਰੋਡ ਤੋਂ। ਇਹ ਉੱਥੇ ਕਿਸੇ ਭਲਵਾਨ ਦਾ ਨਾਂ ਲਓ, ਮੈਂ ਦੂਜਿਆਂ ਤੇ ਜਾਂਦਾ ਲਿਆ, ਉਹਨੇ ਆਖਿਆ ਨਹੀਂ ਜਿਹੜਾ ਚੰਗਾ ਭਲਵਾਨ ਹੈ ਉਹਦਾ ਨਾਂ ਲਓ। ਮੈਂ ਕਿਹਾ ਜੀ ਬਿਲਾਲ ਮੋਹਸਨ ਢਿੱਲੋਂ। ਅਖੇ ਉਹ ਤੇਰਾ ਕੀ ਲੱਗਦਾ? ਮੈਂ ਕਿਹਾ ਮੇਰਾ ਬੇਟਾ ਆ। ਅਖੇ ਅਸੀਂ ਨਹੀਂ ਮੰਨਦੇ। ਅਖੇ ਇਹਨੂੰ ਮੈਂ ਫੋਨ ਕੀਤਾ, ਇਹ ਹਵੇਲੀ ਬੈਠਾ ਸੀ, ਉਹਨੇ ਫੋਨ ਮਿਲਾਇਆ, ਇਹਦੇ ਨਾਲ ਗੱਲ ਕੀਤੀ, ਇਹਨੇ ਆਖਿਆ ਬਿਲਕੁਲ ਮੇਰੇ ਵਾਲਦ ਸਾਹਿਬ ਆਪ ਹਾਜ ਕਰਨ ਵਾਸਤੇ ਆਏ, ਅੱਲਾਹ ਤਾਲਾ ਨੂੰ ਤੰਦਰੁਸਤੀ ਦੇ ਤੇ ਜ਼ਿੰਦਗੀ ਕਰੇ ਰੱਬ ਜੀ। ਅੱਛਾ, ਉਸ ਟਾਈਮ ਜਿਸ ਟਾਈਮ ਇੱਕ ਦੂਸਰੇ ਮੁਲਕ ਤੁਹਾਨੂੰ ਇਸ ਤਰ੍ਹਾਂ ਦਾ ਬੰਦਾ ਮਿਲਿਆ ਔਰ ਤੁਹਾਡੇ ਉਸ ਬੇਟੇ ਦਾ ਨਾਂ ਸੁਣ ਕੇ ਇੰਨੀ ਤੁਹਾਡੀ ਇੱਜ਼ਤ ਕੀਤੀ, ਹਾਂਜੀ, ਉਸ ਟਾਈਮ ਕਿੱਦਾਂ ਦਾ ਮਹਿਸੂਸ ਹੋਇਆ ਇੱਕ ਵਾਲਦੈਨ ਔਰ ਅੱਛੇ ਬੇਟੇ ਦੀ ਪਰਵਰਿਸ਼ ਕਰਕੇ ਜੀ? ਬਿਲਕੁਲ, ਮੈਂ ਜੀ ਉੱਥੇ ਵੀ ਅੱਲਾਹ ਗਾੜੀ ਇਹੀ ਦੁਆ ਮੰਗਦਾ ਹਾਂ ਵੀ ਜਿਤਨਾ ਤਾਂ ਰੱਬ ਨੇ ਮੈਨੂੰ ਏਟਾ ਬੇਟਾ ਦਿੱਤਾ, ਜਿਤਨਾ ਮੇਰੀ ਯਾਦ ਹੈ ਕੁੱਲ ਦੀ ਹੋਵੇ। ਹਾਂਜੀ। ਅੱਛਾ ਬਾਬਾ ਜੀ, ਇਹ ਦੱਸਿਆ ਜੇ ਕਿ ਬਈ ਬਿਲਾਲ ਮੋਹਸਨ ਖੇਡਦੇ ਹਨ, ਅਕਸਰ ਔਕਾਤ ਹਰ ਪਲੇਅਰ ਖੇਡਦਾ ਹੈ, ਹਾਂਜੀ, ਹਰ ਪਲੇਅਰ ਦੀ ਸਾਡੀ ਦੁਆ ਹੈ ਕਿ ਹਰ ਪਲੇਅਰ ਨੂੰ ਅੱਲਾਹ ਅੱਲਾਹ ਤਾਲਾ
ਪਿਛਲੇ ਦਿਨਾਂ ਵਿੱਚ ਬਿਬਲਾਲ ਨੂੰ ਸੱਟ ਫੇਰ ਲੱਗੀ ਕਿ ਹਾਂਜੀ ਮੈਚ ਦੇ ਦੌਰਾਨ ਤੇ ਕਿਧਰੇ ਕੋਈ ਐਸਾ ਵਾਕਿਆ ਹੋਵੇ ਕਿ ਚੋਟ ਲੱਗੀ ਹੋਵੇ ਤੁਹਾਨੂੰ ਤੁਸੀਂ ਆਖਿਆ ਹੋਵੇ ਕਿ ਮੈਚ ਨਾ ਖੇਡੇ ਕਰ ਮੈਂ ਅੱਜ ਸੀਗਾ ਇਹੋ ਹੀ ਦੁਆ ਮੰਗਦਾ ਵੀ ਰੱਬ ਸੱਟ ਚੋਟ ਤੋਂ ਬਚਾਵੇ ਤੇ ਮੈਂ ਨਹੀਂ ਇਹਨੂੰ ਇਹ ਗੱਲ ਕਹੀ ਮੈਂ ਕਿਹਾ ਵੀ ਤੂੰ ਅੱਲਾ ਕਰੀ ਦੁਆ ਕਰਿਆ ਕਰ ਰੱਬ ਕਰੀ ਖੇਡ ਅੱਲਾ ਕਰੀ ਝੁੱਕ ਕੇ ਖੇਡ ਅੱਲਾ ਤਾਲਾ ਤੈਨੂੰ ਝੁੱਕੇ ਫਲ ਬੂਟਿਆਂ ਨੂੰ ਰੱਬ ਫਲ ਲਾਉਂਦਾ ਤੇ ਅੱਲਾ ਨੇ ਤੈਨੂੰ ਭਾਗ ਲਾ ਦੇਣੇ ਪੁੱਤਰਾ ਤੇ ਰੱਬ ਤੈਨੂੰ ਤੰਦਰੁਸਤੀ ਦੇਵੇ ਤੇ ਤੁਸੀਂ ਇਹ ਦੱਸਿਆ ਜੇ ਕਿ ਜਿਹੜੇ ਸਾਡੇ ਬਾਕੀ ਭਾਈ ਹਨ ਜਿਹੜੇ ਕਬੱਡੀ ਖੇਡਦੇ ਹਨ ਹਾਂਜੀ ਤੁਸੀਂ ਇੱਕ ਇੰਟਰਨੈਸ਼ਨਲ ਪਲੇਅਰ ਦੇ ਵਾਲੇ ਦੋ ਕਿ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਅੱਲਾ ਤਾਲਾ ਗਾੜੀ ਇਹ ਹੀ ਦੁਆ ਮੰਗਦਾ ਵੀ ਅੱਲਾ ਤਾਲਾ ਹਰ ਇੱਕ ਨੂੰ ਨੇਕੀ ਦੀ ਤਫੀਕ ਦੇਵੇ ਤੇ ਰੱਬ ਬਰਿਆਈ ਤੋਂ ਬਚਾਵੇ ਲਾਂਭੇ ਵੀ ਜਿਹੜੇ ਪਲੇਅਰ ਉਹਨਾਂ ਨੂੰ ਮੈਂ ਉਹਨਾਂ ਗਾੜੀ ਵੀ ਇਹੋ ਹੀ ਉਹ ਵੀ ਖੇਡਣ ਤਾਂ ਮੈਂ ਦੁਆ ਹੀ ਮੰਗਦਾ ਵੀ ਅਫਜ਼ਲ ਇਹ ਦੱਸਿਆ ਜੇ ਕਿ ਬਿਬਲਾਲ ਮੁਹਸਨ ਢਿੱਲੋਂ ਇੱਕ ਇੰਟਰਨੈਸ਼ਨਲ ਪਲੇਅਰ ਹਨ ਛੋਟੀ ਜਿਹੀ ਉਮਰ ਵਿੱਚ ਜਿਸ ਟਾਈਮ ਇਹਨੇ ਸਟਾਰਟ ਕੀਤਾ ਸੀ ਕਿ ਤੁਹਾਨੂੰ ਜਿਸ ਟਾਈਮ ਸਟਰਗਲ ਤਾਂ ਹਰ ਇਨਸਾਨ ਕਰਦਾ ਹਰ ਖਿਲਾੜੀ ਕਰਦਾ ਕੋਸ਼ਿਸ਼ ਕਰਦਾ ਔਰ ਉਹਨਾਂ ਦੇ ਵਾਲਦੈਨ ਵੀ ਦੁਆਵਾਂ ਕਰਦੇ ਹਨ ਲੇਕਿਨ ਇਹਨਾਂ ਛੋਟੀ ਜਿਹੀ ਉਮਰ ਵਿੱਚ ਅੱਲਾਹ ਪਾਕ ਨੇ ਇੰਨੀ ਇੱਜ਼ਤ ਦਿੱਤੀ ਕਿ ਤੁਹਾਨੂੰ ਯਕੀਨ ਸੀ ਕਿ ਇੰਨੇ ਛੋਟੀ ਜਿਹੀ ਉਮਰ ਦੇ ਪਲੇਅਰ ਬਣਨਗੇ ਅਲਹਮਦੁਲਿਲਾ ਜੀ ਅਲਹਮਦੁਲਿਲਾ ਮੇਰੀ ਆਪਣੀ ਰਿਸਰਚ ਹੈ 20 ਸਾਲ ਕਬੱਡੀ ਮੈਂ ਖੇਡੀ ਆਪ ਕਿਆ ਬਾਤ ਹੈ ਮੈਂ ਗਰਾਊਂਡ ਦਾ ਹਿੱਸਾ ਰਿਹਾ ਤੇ ਮੈਂ ਵੇਖ ਕੇ ਇਹ ਗੱਲ ਸਾਬਤ ਕਰ ਦਿੱਤੀ ਸੀ ਕਿ ਇਨਸ਼ਾਅੱਲਾ ਅੱਲਾਹ ਪਾਕ ਖੈਰ ਕਰੂ ਠੀਕ ਹੋ ਜੂ ਕਿਆ ਬਾਤ ਹੈ ਅੱਛਾ ਜਿਸ ਟਾਈਮ ਇਹਨੇ ਸਟਾਰਟ ਕੀਤੀ ਕਿਉਂਕਿ ਸਟਾਰਟ ਤੋਂ ਕਾਫੀ ਸਟਰਗਲ ਚਾਹੀਦੀ ਹੁੰਦੀ ਹੈ ਔਰ ਫੈਮਿਲੀ ਦੀ ਕਾਫੀ ਸਪੋਰਟ ਚਾਹੀਦੀ ਹੁੰਦੀ ਹੈ ਕਿਉਂਕਿ ਫੈਮਿਲੀ ਦੇ ਕਾਫੀ ਇਸ਼ੂਜ਼ ਆ ਜਾਂਦੇ ਨੇ ਕੋਈ ਫੈਮਿਲੀ ਸਪੋਰਟ ਨਹੀਂ ਕਰਦੀ ਤੁਸੀਂ ਬਈ ਬਿਲਾਲ ਮੁਹਸਨ ਢਿੱਲੋਂ ਨੂੰ ਕਿਸ ਤਰ੍ਹਾਂ ਦਾ ਸਪੋਰਟ ਕੀਤਾ ਔਰ ਕਿਹੜੀ ਕਿਹੜੀ ਮੁਸ਼ਕਲਾਂ ਆਈਆਂ ਬਈ ਬਿਲਾਲ ਮੁਹਸਨ ਦੀ ਲਾਈਫ ਦੇ ਅੰਦਰ ਅਲਹਮਦੁਲਿਲਾ ਅਲਹਮਦੁਲਿਲਾ ਕੋਈ ਮੁਸ਼ਕਲਾਂ ਨਹੀਂ ਆਈ ਅੱਲਾਹ ਪਾਕ ਦੀ ਮਿਹਰਬਾਨੀ ਰਹੀ ਹੈ ਤੇ ਸੱਤਵੀਂ ਜਮਾਤ 'ਚ ਪੜ੍ਹਦਾ ਸੀ ਮੈਂ ਚੰਗ ਰਕਬਾ ਲਿਆ ਸੀ ਮੈਂ ਉੱਥੇ ਸੀ ਉਦੋਂ ਬੰਦੇ ਮੈਨੂੰ ਆਖਿਆ ਕਿ ਮਨੋਹਰ ਭਾਅ ਜੀ ਇੱਕ ਵਾਰੀ ਝਾਤੀ ਮਾਰੋ ਇਹਨੂੰ 66 ਤਾਂ ਦੇ ਪਹਿਲਾਂ ਮੈਚ ਸੀ ਉਹਦਾ 7 ਕਬੱਡੀਆਂ ਪਾਈਆਂ ਇਹਨੇ 7 ਕਲੀਅਰ ਕੀਤੀਆਂ ਮੈਂ ਸਾਬਤ ਕਰਦਾ ਵੀ ਠੀਕ ਆ ਹੁਣ ਅਤੇ ਸਿਰਫ 6 ਮਹੀਨੇ ਦਾ ਪ੍ਰੋਸੀਜਰ 6 ਮਹੀਨੇ ਮਿਹਨਤ ਉੱਤੇ ਮੈਂ ਕੀਤੀ 6 ਮਹੀਨੇ ਬਾਅਦ ਪਲੇਅਰ ਬਣ ਗਿਆ ਕਿਆ ਬਾਤ ਅੱਛਾ ਇਹਨਾਂ ਦਾ ਉਸਤਾਦ ਕੌਣ ਹੈ ਜਾਂ ਤੁਸੀਂ ਖੁਦ ਹੀ ਯਾਨੀ ਕਿ ਦੱਸ ਰਹੇ ਹੋ ਕਿ ਅਸੀਂ ਪਲੇਅਰ ਸੀ ਕਿਆ ਖੁਦ ਹੀ ਤੁਸੀਂ ਇਹਨੂੰ ਪ੍ਰੈਕਟਿਸ ਕਰਾਉਂਦੇ ਆ ਜੀ ਪ੍ਰੈਕਟਿਸ ਆਪ ਹੀ ਕਰਵਾਈ ਹੈ ਉਸਤਾਦ ਅਸ਼ਫਾਕ ਹੀ ਹੈ ਜਿਹਨੂੰ ਮੰਨਿਆ ਇਹਨੇ ਕਿਆ ਬਾਤ ਹਾਂਜੀ ਅੱਛਾ ਤੁਸੀਂ ਇਹ ਦੱਸਿਆ ਜੇ ਕਿ ਬਈ ਬਿਲਾਲ ਜਿਸ ਟਾਈਮ ਸਟਾਰਟ ਕੀਤੀ ਇਹਨੂੰ ਲੋਕਾਂ ਦੇ ਕੀ ਵਿਊ ਹੁੰਦੇ ਸੀ ਤੁਹਾਨੂੰ ਕੀ ਆਖਦੇ ਸੀ ਨਹੀਂ ਅਲਹਮਦੁਲਿਲਾ ਠੀਕ ਰਿਹਾ ਵਾ ਸ਼ੁਰੂ ਤੋਂ ਪਹਿਲੇ ਦਿਨ ਤੋਂ ਔਰ ਅੱਜ ਤੱਕ ਇੱਕ ਹੀ ਰੂਟੀਨ ਦੀ ਕਬੱਡੀ ਪਾਈ ਹੈ ਹਾਂਜੀ ਚੇਂਜਿੰਗ ਨਹੀਂ ਆਈ ਵਿੱਚ ਕਿ ਡੈਡ ਹੋਇਆ ਹੋਵੇ ਦੁਬਾਰਾ ਤਿਆਰ ਹੋਣਾ ਪਿਆ ਹੋਵੇ ਨਹੀਂ ਇੱਕ ਹੀ ਰੂਟੀਨ ਵਰਕ ਗੇਮ ਕੀਤੀ ਹੈ ਔਰ 11 ਸਾਲ ਹੋ ਗਏ ਇਹਨੂੰ ਕਬੱਡੀਆਂ ਲਗਾਤਾਰ ਪਾਉਂਦੇ ਨੇ ਜਿਹੜੀਆਂ ਚੰਗੀਆਂ ਕਬੱਡੀਆਂ ਪਾਈਆਂ ਸਨ 2011 ਤੋਂ ਬਾਅਦ ਹਾਂਜੀ ਅੱਛਾ ਮੋਹਤਰਮ ਜੀ ਇਹ ਦੱਸਿਆ ਜੀ ਕਿ ਬਈ ਬਿਲਾਲ ਮੁਹਸਨ ਢਿੱਲੋਂ ਛੋਟੀ ਜਿਹੀ ਉਮਰ ਵਿੱਚ ਮੋਹਤਰਮ ਜੀ ਹੋਰ ਦੱਸ ਰਹੇ ਨੇ ਵਾਲਦ ਸਾਹਿਬ ਸਾਡੇ ਬਾਬੇ ਜੀ ਹੋਰੀ ਕਿ 20 ਸਾਲ ਦੀ ਉਮਰ ਵਿੱਚ ਬਾਹਰ ਗਏ ਨੇ 18 ਸਾਲ ਦੀ ਉਮਰ 18 ਸਾਲ ਦੀ ਉਮਰ ਵਿੱਚ ਬੰਦਾ ਇੰਨਾ ਮਸ਼ਹੂਰ ਵੀ ਨਹੀਂ ਹੁੰਦਾ ਹਾਲੀ ਬਾਲਗ ਹੁੰਦਾ ਜੀ ਥੋੜ੍ਹੀ ਜਿਹੀ ਉਮਰ ਹੁੰਦੀ ਹੈ ਅਤੇ ਉਸ ਟਾਈਮ ਇੰਟਰਨੈਸ਼ਨਲ ਪਲੇਅਰ ਹੋ ਕੇ ਵਾਪਸ ਆਇਆ ਤੁਹਾਨੂੰ ਉਸ ਟਾਈਮ ਕਿੱਦਾਂ ਦਾ ਮਹਿਸੂਸ ਹੋਇਆ ਇੱਕ ਭਾਈ ਹੋ ਕੇ ਵੱਡਾ ਜਿਨ੍ਹਾਂ ਦੇ ਭਾਜੀ ਕੁਦਰਤ ਵੱਲੋਂ ਸਿਤਾਰੇ ਚਮਕਦੇ ਹੋਣ ਉਹ ਮਚੋਰ ਹੀ ਹੁੰਦੇ ਆ ਬਿਲਕੁਲ ਜੀ ਜਿਨ੍ਹਾਂ ਦੇ ਮਾਲਕ ਚਮਕਾ ਦਿੰਦਾ ਨਾ ਉਹ ਮਚੋਰ ਹੀ ਹੁੰਦੇ ਮਚੋਰਪਨ ਹੋਣਾ ਜ਼ਰੂਰੀ ਕੋਈ ਨਹੀਂ ਜਦੋਂ ਮਾਲਕ ਉੱਤੋਂ ਆਪਣੀ ਰਹਿਮਤ ਕਰ ਦਿੰਦਾ ਸਾਰੇ ਕੰਮ ਠੀਕ ਹੋ ਜਾਂਦੇ ਅਤੇ ਜਿੱਦਣ ਇਹ ਵਾਪਸ ਆਇਆ ਵਾ ਸਾਡਾ ਸੀਨਾ ਹੋਰ ਚੌੜਾ ਹੋ ਗਿਆ ਫਖਰ ਦੇ ਨਾਲ ਅਤੇ ਸਾਡੇ ਜਿਹੜੇ ਨੌਜਵਾਨ ਹਨ ਬਾਈ ਹਨ ਉਹਨਾਂ ਨੂੰ ਇੱਕ ਤੁਸੀਂ ਕਬੱਡੀ ਪਲੇਅਰ ਔਰ ਇੱਕ ਇੰਟਰਨੈਸ਼ਨਲ ਪਲੇਅਰ ਦੇ ਬਾਈ ਹੋਣ ਦੇ ਨਾਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਮੈਸੇਜ ਇਹੀ ਦੇਵਾਂਗਾ ਜੀ ਕਿ ਮਿਹਨਤ ਜ਼ਰੂਰੀ ਹੈ ਮਿਹਨਤ ਤੋਂ ਬਗੈਰ ਇਨਸਾਨ ਬੇਕਾਰ ਅੱਲਾ ਦੀ ਜ਼ਾਤ ਨੇ ਇਨਸਾਨ ਨਾਲ ਵਾਅਦਾ ਕੀਤਾ ਕਿ ਇਨਸਾਨ ਤੂੰ ਮਿਹਨਤ ਕਰ ਮੈਂ ਤੇਰੀ ਮਿਹਨਤ ਦਾ ਸਿਲਾ ਨਹੀਂ ਰੱਖਦਾ ਉਹ ਮਾਲਕ ਜੋ ਕਹਿ ਦਿੰਦਾ ਉਹ ਕਰ ਦਿੰਦਾ ਉਹ ਤਾਂ ਉਸ ਗੱਲ ਤੋਂ ਮੁਨਕਰ ਹੁੰਦਾ ਹੀ ਨਹੀਂ ਸਾਡਾ ਇਮਾਨ ਹੋਣਾ ਚਾਹੀਦਾ ਇਸ ਗੱਲ 'ਤੇ ਕਿ ਅਸੀਂ ਕਰਾਂਗੇ ਅਤੇ ਅਸੀਂ ਬਿਲਕੁਲ ਕਿਸੇ ਮੰਜ਼ਿਲ 'ਤੇ ਪਹੁੰਚਾਂ ਔਰ ਸਾਰੇ ਪਲੇਅਰਾਂ ਅੱਗੇ ਇਹ ਰਿਕੁਐਸਟ ਆ ਕਿ ਮਿਹਨਤ ਕਰਨ ਮਿਹਨਤ ਕਰਕੇ ਅੱਗੇ ਆਉਣ ਉਹੀ ਤਰੱਕੀ ਆ ਉਹੀ ਇੱਜ਼ਤ ਆ ਉਹੀ ਮੁਕਾਮ ਆ ਅੱਛਾ ਥੋੜ੍ਹਾ ਬਹੁਤ ਨਾ ਬਈ ਬਿਲਾਲ ਦੀ ਡੇਲੀ ਲਾਈਫ ਰੂਟੀਨ ਦੇ ਬਾਰੇ ਦੱਸਿਆ ਜੇ ਕਿ ਖੁਰਾਕ ਵਗੈਰਾ ਤੁਸੀਂ ਉਹਨੂੰ ਕੀ ਖਿਲਾਉਂਦੇ ਹੋ ਜਾਂ
प्रैक्टिस वो कितना टाइम करता है, की स्ट्रगल करता है, थोड़ा बहुत दस दिया जी। खुराक जी तुम मैं अगर दसाया कि सिर्फ 6 महीने का प्रोसीजर मंगा है, तो 6 महीने जी बिलाल तैयार होया वा। उस तो बाद रूटीन वर्ग ही खाना जरा अभी खाने वही खाना, बाकी प्लेयर फिर दुद्ध तो पीते ही है। कोई स्पैशलिस्ट नहीं कि असं मतलब कोई डेली वर्क की है जब मैंने पेन रोज़ आ ही खाना देना वा, नहीं जिदा का आप रूटीन ना खाने अलहमदुल्ला उदा का ही खाता। कबड्डी तो इलावा, कबड्डी तो इलावा क्या घर के भी थोड़े ना कोई काम वगैरह करते हैं या बस कबड्डी ही खेलते हैं? असी अज तक नहीं उन्होंने क्या काम भी करना, काम उन्होंने पता नहीं काम हों की, सिर्फ उन्हें आख्या कबड्डी इज कबड्डी बस, इस तो अलावा कोई काम नहीं ना सू जरूरत ही पई अलहमदुल्ला ना अभी कभी किया। तो भाई बिलाल मोहसन और कबूतर वगैरह भी शौक जानवर रखते हैं, तो उन्होंने तो कभी नहीं तुम मना किया? नहीं, ये शौक सिर्फ एक बहन का वा कि किसी को जाके ना बहना पवे, अपने मुकाम पर बंदा बैठा रहे। ये मसरूफियात इन्नी दिती है होर मसलन एडी दिलचस्पी नहीं भी जहाँ कबूतर बाज आई जाओ मसलन भी एक कबूतर के पिछे रहा सारा दिन, नहीं सिर्फ अपने बहन का एक सबब। हाँ जी, बहुत शुक्रिया जी थोड़ा टाइम देने का। तो बाकी इंशाल्लाह मजीद तुहानू इंशाल्लाह हर रोज़ कोई ना कोई ऐसा स्टार मिलाना रहेंगे। मैं तो अपना मेज़बान क्लब बस इस वीडियो में ज़्यादा से ज़्यादा शेयर करो ताकि सानू पता चले और कमेंट लाजमी करें।